ਤਾਂ ਇਹਨਾਂ ਸੀਸੀਟੀਵੀ ਤਸਵੀਰਾਂ ਨੂੰ ਧਿਆਨ ਦੇ ਨਾਲ ਦੇਖੋ। ਬਾਂਦਰਾਂ ਵਾਲੀ ਟੋਪੀਆਂ ਪਾ ਕੇ ਚੋਰ ਦੁਕਾਨ ਦੇ ਅੰਦਰ ਦਾਖਲ ਹੁੰਦੇ ਨੇ, ਧੁੰਦ ਦਾ ਫਾਇਦਾ ਚੁੱਕ ਕੇ ਲੱਖਾਂ ਰੁਪਏ ਦਾ ਸਮਾਨ ਚੋਰੀ ਕਰ ਲੈਂਦੇ ਨੇ। ਦੀਵਾਰਾਂ ਤੋਂ LCD TV ਉਤਾਰ ਕੇ ਲੈ ਗਏ ਨੇ ਚੋਰ। ਦੇਖ ਸਕਦੇ ਹੋ ਦੀਵਾਰ ਪੂਰੀ ਖਾਲੀ ਪਈ ਹੈ। ਇੱਕ ਦਿਨ ਪਹਿਲਾਂ ਇਸ ਦੀਵਾਰ 'ਤੇ ਲੱਖਾਂ ਰੁਪਏ ਦੇ LCD TV ਟੰਗੇ ਹੋਏ ਸੀ। ਤਾਂ ਜਾਣਕਾਰੀ ਮੁਤਾਬਕ ਦੱਸਦੀ ਹੈ ਕਿ ਕਾਫੀ ਦੇਰ ਰਾਤ ਦੇ ਵਿੱਚ ਇਹਨਾਂ ਚੋਰਾਂ ਨੇ ਕੰਮ ਨਹੀਂ ਕੀਤਾ। ਸਵੇਰੇ ਤੜਕੇ 6 ਵਜੇ ਇਲੈਕਟ੍ਰੋਨਿਕਸ ਦੀ ਦੁਕਾਨ 'ਚ ਵੜਦੇ ਨੇ, ਜਿੱਥੇ LED ਅਤੇ ਹੋਰ ਕਈ ਸਮਾਨ ਇਹਨਾਂ ਦੇ ਵੱਲੋਂ ਚੋਰੀ ਕੀਤਾ ਜਾਂਦਾ ਹੈ। ਤਾਂ ਲਗਜ਼ਰੀ ਹੱਬ ਇਹ ਦੁਕਾਨ ਦਾ ਨਾਮ ਹੈ, ਬਾਲਾਜੀ ਲਗਜ਼ਰੀ ਹੱਬ, ਜਿਸ ਦੇ ਵਿੱਚ ਚੋਰ ਵੜੇ ਨੇ। ਦੇਖ ਹੀ ਸਕਦੇ ਹੋ ਕਿਵੇਂ ਇੱਕ ਇੱਕ ਕਰਕੇ ਚੀਜ਼ਾਂ ਚੁਰਾ ਰਹੇ ਨੇ। ਤਾਂ ਤੜਕਸਾਰ 6 ਵਜੇ ਧੁੰਦ ਦਾ ਫਾਇਦਾ ਚੁੱਕ ਕੇ ਇਹਨਾਂ ਚੋਰਾਂ ਨੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਹੈ। ਤਾਂ ਮਾਮਲਾ ਲੁਧਿਆਣਾ ਦੇ ਮੁੰਡੀਆਂ ਕਲਾਂ ਦਾ ਦੱਸਿਆ ਜਾ ਰਿਹਾ, ਜਿੱਥੇ ਚੋਰਾਂ ਦੇ ਵੱਲੋਂ ਇੱਕ ਸ਼ੋਰੂਮ ਨੂੰ ਨਿਸ਼ਾਨਾ ਬਣਾਇਆ ਗਿਆ। ਸ਼ੋਰੂਮ ਦੇ ਵਿੱਚ ਵੜ ਕੇ ਚੋਰਾਂ ਦੇ ਵੱਲੋਂ ਦੁਆਰਾਂ 'ਤੇ ਲੱਗੀਆਂ LCD TV ਉਠਾ ਲਏ ਗਏ। ਤਾਂ ਵੱਡੀ ਖਬਰ ਹੈ। ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਸ਼ੋਰੂਮ ਦੇ ਮਾਲਕ ਨੇ ਹੋਰ ਜਾਣਕਾਰੀ ਦਿੱਤੀ ਹੈ ਕਿ ਉਹਨਾਂ ਨੂੰ ਕਿੱਡਾ ਕੁ ਨੁਕਸਾਨ ਹੋਇਆ ਹੈ, ਹੋਰ ਕੀ ਕੁਝ ਬਾਂਦਰਾਂ ਦੀ ਟੋਪੀ ਪਾ ਕੇ ਆਏ ਇਹ ਚੋਰ ਉਸਦੀ ਦੁਕਾਨ ਦੇ ਵਿੱਚੋਂ ਚੋਰੀ ਕਰਕੇ ਲੈ ਗਏ ਨੇ, ਆਓ ਜਾਣਦੇ ਹਾਂ। ਵਿਕਰਾਂਤ ਤਰੀਕਾ ਸਨ ਆਫ ਸ਼੍ਰੀ ਸੁਰਿੰਦਰ ਕੁਮਾਰ। ਸਰ ਕਿਸ ਚੀਜ਼ ਦਾ ਤੁਹਾਡਾ ਸ਼ੋਰੂਮ ਹੈ ਤੇ ਕਿੰਨੀ ਦਿਨ ਹੋ ਗਈ ਸ਼ੋਰੂਮ? ਸਰ 4 ਮਹੀਨੇ ਹੋ ਗਏ ਮੈਨੂੰ ਇੱਥੇ ਸ਼ੋਰੂਮ ਖੋਲ੍ਹੇ ਨੂੰ, ਤੇ ਮੇਰਾ ਸ਼੍ਰੀ ਬਾਲਾਜੀ ਲਗਜ਼ਰੀ ਹੱਬ ਨੀਅਰ ਅਸ਼ੀਆਨਾ ਪਾਰਕ। ਸਰ ਤੇ ਕੀ ਵਾਰਦਾਤ ਹੋਈ ਹੈ ਸ਼ਰਾਬ? ਸਰ ਰਾਤ ਨੂੰ ਆਪਣੇ ਇੱਥੇ 6 ਵਜੇ ਆਏ, ਇੱਕ 6 ਵਜੇ ਆਏ ਬੰਦੇ ਸਰ, ਸਵੇਰੇ 6 ਵਜੇ ਉਹਨਾਂ ਨੇ ਸ਼ਟਰ ਚੱਕਿਆ, ਸ਼ਟਰ ਚੱਕ ਕੇ ਅੰਦਰ ਵੜ ਗਏ ਸਰ, ਅਤੇ ਅੰਦਰੋਂ ਦੀ ਉਹਨਾਂ ਨੇ LCDਆਂ ਚੱਕੀਆਂ ਸਾਡੀਆਂ, ਡਿਸਪਲੇ 'ਤੇ ਲੱਗੀਆਂ ਸੀ, ਔਰ ਪੇਮੈਂਟ ਪਈ ਸੀ 1.25 ਲੱਖ ਦੇ ਲਾਗੇ ਤਾਂ ਗਏ ਸਰ ਆਫਿਸ ਦੇ ਵਿੱਚ। ਠੀਕ ਹੈ ਜੀ, ਉਹ ਚੱਕੇ ਅਤੇ ਨਿਕਲ ਗਏ ਸਰ। CCTV ਹਾਂ ਬਿਲਕੁਲ ਆਈ ਹੈ ਸਾਰੀ, ਹੈ ਜੀ ਸਰ, ਰਿਕੋਰਡਿੰਗ ਹੈ। 4 ਬੰਦੇ ਸੀ ਸਰ। ਸਾਨੂੰ ਸਰ ਇੱਥੋਂ ਦੀ ਕਿਸੇ ਬੰਦੇ ਨੇ ਜਾ ਕੇ ਸਾਨੂੰ ਦੱਸਿਆ ਕਿ ਤੁਹਾਡੇ ਉੱਥੇ ਚੋਰੀ ਹੋ ਗਈ ਹੈ ਸਰ। ਹਾਂਜੀ, ਸ਼ੋਰੂਮ ਖੋਲ੍ਹੇ ਨੂੰ 4 ਮਹੀਨੇ ਹੋ ਗਏ ਸਰ। ਕੈਮਰੇ ਦੀ ਰਿਕੋਰਡਿੰਗ ਦੇਖ ਕੇ ਪਤਾ ਚੱਲਿਆ ਸਰ ਸਾਰਾ ਕੁਝ। ਬਾਕੀ ਸਾਡਾ ਜਿਹੜਾ ਨੁਕਸਾਨ ਹੋਇਆ, ਮਾਲ ਚੱਕ ਕੇ ਲੈ ਗਏ ਇੱਥੋਂ, LEDਆਂ ਚੱਕ ਕੇ ਲੈ ਗਏ ਨੇ, ਕੁਝ ਪੇਮੈਂਟ ਚੱਕ ਕੇ ਲੈ ਗਏ ਸਰ, ਮੋਬਾਈਲ ਅਸੈਸਰੀ ਚੱਕ ਕੇ ਲੈ ਗਏ ਕੁਝ। ਹਥਿਆਰ ਕਿਰਚਾ ਸੀ, ਦਾਤ ਸੀ ਉਹਨਾਂ ਦੇ ਹੱਥ 'ਚ ਜੀ। ਅਸੀਂ ਪ੍ਰਸ਼ਾਸਨ ਤੋਂ ਇਹੀ ਮੰਗ ਕਰਦੇ ਹਾਂ ਸਰ, ਸਾਡੀ ਸੁਣਵਾਈ ਕੀਤੀ ਜਾਵੇ ਸਰ। ਠੀਕ ਹੈ ਜੀ, ਇਹਨਾਂ ਚੋਰਾਂ ਨੂੰ ਜਲਦ ਤੋਂ ਜਲਦ ਫੜਿਆ ਜਾਵੇ ਸਰ। ਪੁਲਿਸ ਨੂੰ ਇਤਲਾਹ ਦੇ ਦਿੱਤੀ ਸਰ।